ਤਾਂ ਗਰਮੀ 'ਚ ਉਂਝ ਅੰਦਰ ਮਰਦੀ ਰਹੀ, ਮੈਂ ਤਾਂ ਵਧੀਆ ਡਾ ਲਿਆ ਉਰੇ ਮੰਜਾ। ਆਹ ਕਿੰਨੀ ਠੰਡੀ ਹਵਾ ਚੱਲਦੀ ਹੈ, ਵਾਹ ਵੀ ਰੱਬਾ। ਉਹ ਮਾਂ ਮੈਂ ਚੱਲਦਾ, ਆਥਣੇ ਲੇਟ ਹੋਊਗਾ ਮੈਂ। ਮੈਂ ਅੱਗੇ ਤਾਂ 9 ਵਜੇ ਜਾਂਦੀ, ਅੱਜ ਕੱਲ੍ਹ ਤਾਂ ਜਲਦੀ ਜਾਂਦਾ ਇੰਨਾ। ਉਹ ਮਾਂ ਮੈਂ ਤੈਨੂੰ ਦੱਸਿਆ ਤਾਂ ਹੈਗਾ ਸੀ ਰਾਤ ਵੀ ਮੈਂ ਗਰਾਊਂਡ 'ਚ ਭੱਜਣ ਜਾਇਆ ਕਰੂੰਗਾ। ਆਹ ਸਰਕਾਰ ਨੇ ਪੰਜਾਬ ਪੁਲਿਸ ਦੀਆਂ ਭਰਤੀਆਂ ਕੱਢਤੀਆਂ, ਉਸ ਦੀ ਤਿਆਰੀ ਕਰਦਾ ਵਾਂ। ਹਾਂ ਪੁੱਤ ਮੈਂ ਭੁੱਲ ਗਈ ਸੀ, ਦੱਸਿਆ ਤਾਂ ਹੈਗਾ ਸੀ ਤਾਂ ਰਾਤ, ਮਨ ਲਾ ਕੇ ਤਿਆਰੀ ਕਰ ਲਾ, ਕੀ ਪਤਾ ਤੇਰਾ ਵੀ ਲੰਬਾ ਰਹਿ ਜੇ। ਓਏ ਹਾਂ ਮਾਂ, ਆਹ ਪੁਰਾਣੀ ਸਰਕਾਰ ਨੇ ਤਾਂ ਕੁਛ ਨਹੀਂ ਦਿੱਤਾ, ਲਾਰੀ ਲਾਏ ਨੇ ਲੋਕਾਂ ਨੂੰ। ਆਹ ਨਵੀਂ ਸਰਕਾਰ ਨੇ ਤਾਂ ਅਨੁਸਾਰ ਭਰਤੀਆਂ ਕੱਢਤੀਆਂ, ਪੁਰਾਣੀ ਸਰਕਾਰ ਨੇ ਤਾਂ ਬਸ ਧੱਕੇ ਖਵਾਏ ਨੇ। ਚੱਲ ਮੈਂ ਚੱਲਦਾ ਹੁਣ ਫਿਰ। ਚੰਗਾ ਪੁੱਤ। ਅੱਗੇ ਬਹੁਤ ਲੇਟ ਹੋਏ ਪਏ ਆ। ਲੈ ਅੱਜ ਤਾਂ ਜੱਸੀ ਤੋਂ ਮੇਰੀ ਕਲਾਸ ਲੱਗੀ ਹੋ, ਲੈ ਕਾਲਾ ਦੋ ਵੀ ਲੇਟ ਕਰਵਾਤਾ। ਉਹ ਬਸ ਆ ਗਈ ਆ ਗਈ ਯਾਰ। ਆ ਜਾ ਸਿੰਮੀ, ਹਸਕ ਤੇ 2 ਮਿੰਟ ਹੀ ਨਹੀਂ ਹੋਏ। ਚਲ ਜੱਸੀ ਚੱਲੀਏ। ਯਾਰ ਸਿੰਮੀ ਕਿੰਨੀ ਲੇਟ ਕਰਦਾ। ਓਏ ਚੱਲ ਕੋਈ ਨਾ, ਜਾ ਕਿਹੜੀ ਆਵਾਜ਼ਾਂ ਮਾਰਨ ਲੱਗੀ ਪਈ ਸੀ। ਅੱਗੇ ਲੇਟ ਬਹੁਤ ਹੋਏ ਪਏ ਆ, ਜੇ ਅੰਦਰ ਆ ਜਾਂਦੇ ਤਾਂ ਹੋਰ ਹੋ ਜਾਣਾ ਸੀ। ਨਾਲੇ ਮੇਰੀ ਗੱਲ ਸੁਣ, ਰਾਤ ਨੂੰ ਮੈਸੇਜ ਕੀਤਾ ਸੀ ਮੈਂ ਜਲਦੀ ਤਿਆਰ ਹੋ ਜੀ, ਫਿਰ ਤੂੰ ਲੇਟ ਹੋ ਗਈ ਆ। ਤੂੰ ਤਾਂ ਐਵੇਂ ਕਹਿ ਰਹੀ ਆ ਜਿਵੇਂ ਮੈਂ 2 ਘੰਟੇ ਲੇਟ ਹੋਈ ਹੁੰਦੀ ਆ, 5 ਮਿੰਟ ਹੀ ਲੇਟ ਹੋਈ ਆ। ਯਾਰ ਸਿੰਮੀ ਗੱਲ 5 ਮਿੰਟ ਦੀ ਨਹੀਂ ਹੈਗੀ, ਮੈਨੂੰ ਇੱਦਾਂ ਆਪਾਂ ਨੂੰ ਗਰਾਊਂਡ 'ਚ ਨਾ ਜਗ੍ਹਾ ਨਹੀਂ ਮਿਲਣੀ ਪ੍ਰੈਕਟਿਸ ਕਰਨ ਨੂੰ। ਮਸਾਂ ਤਾਂ ਸਰਕਾਰ ਨੇ ਭਰਤੀਆਂ ਖੋਲੀਆਂ ਨੇ ਅਤੇ ਸਾਰੇ ਬੱਚਿਆਂ ਨੇ ਹੁਣੀ ਪ੍ਰੈਕਟਿਸ ਕਰਨੀ ਆ, ਤੂੰ ਦੇਖ ਲਈ। ਕੋਈ ਨਾ, ਤੂੰ ਤਾਂ ਉਹੀ ਟੈਨਸ਼ਨ ਲਾ ਜਾਂਦੀ ਹੈ ਯਾਰ। ਤੂੰ ਨਾ ਬਸ ਮੈਨੂੰ ਕਦੇ ਸੀਰੀਅਸ ਨਾ ਲਿਆ ਕਰ, ਹੱਸਦੀ ਰਹਿੰਦੀ ਆਲਵੇਜ਼। ਫਿਰ ਕੀ ਹੁੰਦਾ, ਕੋਈ ਗੱਲ ਨਹੀਂ ਮਿਲਦੀ ਜਗ੍ਹਾ। ਤੂੰ ਗਰਾਊਂਡ ਭਰਨ ਦੀ ਗੱਲ ਕਰਦੀ ਆ ਯਾਰ, ਜਿੰਨੀ ਛੇਤੀ ਆਪਾਂ ਜਾ ਰਹੇ ਆ ਨਾ ਉੱਥੇ ਕੋਈ ਹੋਣਾ ਵੀ ਨਹੀਂ, ਤੂੰ ਦੇਖ ਨਹੀਂ ਚੱਲ ਕੇ। ਚੱਲ ਕੋਈ ਨਾ, ਵੇਖਦੇ ਆ ਜਾ ਕੇ। ਚੱਲ। ਹੇ ਗਾਈਜ਼, ਅੱਜ ਕੱਲ੍ਹ ਟ੍ਰੇਡਿੰਗ ਕਰਕੇ ਪੈਸਾ ਕਮਾਉਣਾ ਸਭਸੇ ਜ਼ਿਆਦਾ ਪਾਪੂਲਰ ਬਣਦਾ ਜਾ ਰਿਹਾ ਹੈ। ਮੁਝੇ ਵੀ ਟ੍ਰੇਡਿੰਗ ਕਰਨੇ ਮੇਂ ਜ਼ਿਆਦਾ ਇੰਟਰਸਟ ਹੈ, ਇਸੀ ਲਈ ਮੈਂ ਟ੍ਰਸਟਡ ਬ੍ਰੋਕਰ ਐਪ ਕੀ ਤਲਾਸ਼ ਮੈਂ ਹੂੰ। ਮੇਰੀ ਚੁਆਇਸ ਐਕਸਪਰਟ ਆਪਸ਼ਨ ਟ੍ਰੇਡਿੰਗ ਪਲੇਟਫਾਰਮ ਹੈ। ਇਹ ਇੱਕ ਆਨਲਾਈਨ ਸਰਟੀਫਾਈਡ ਬ੍ਰੋਕਰ ਹੈ, ਜਿਸਕੇ ਕੁਝ ਪ੍ਰੋਫਿਟਸ ਹੈ ਜੋ ਇਸੇ ਸਭਸੇ ਅਲੱਗ ਬਣਾਤੇ ਹੈ। ਸਟਾਰਟ ਕਰਨੇ ਕੇ ਲੀਏ ਮੇਰੇ ਦੀਏ ਗਏ ਲਿੰਕ ਸੇ ਏਕ ਅਕਾਊਂਟ ਕ੍ਰੀਏਟ ਕਰੇਂ, ਔਰ ਸਿੱਖਣੇ ਕੇ ਲੀਏ ਆਪਕੋ $10,000 ਡੈਮੋ ਮੈਡਲਸ ਵੀ ਮਿਲੇਗਾ। ਫਿਰ ਜਬ ਆਪਕੋ ਲਗੇ ਕਿ ਆਪ ਟ੍ਰੇਡ ਕਰਨੇ ਕੇ ਲੀਏ ਰੈਡੀ ਹੋ, ਤੋ ਤਬ ਆਪ ਆਪਣੇ ਰੀਅਲ ਅਕਾਊਂਟ ਮੇਂ ਸੇ $10 ਡਿਪੋਜ਼ਿਟ ਕਰੇਂ। ਐਕਸਪੋਰਟ ਆਪਸ਼ਨ ਆਪਕੋ ਆਪਕੇ ਫਸਟ ਡਿਪੋਜ਼ਿਟ ਪਰ 100% ਬੋਨਸ ਦੇ ਰਿਹਾ ਹੈ, ਇਸ ਆਫਰ ਕੋ ਨਾ ਜਾਣੇ ਦੇ। ਐਕਸਪੋਰਟ ਆਪਸ਼ਨ ਪਰ ਟ੍ਰੇਡਿੰਗ ਕਰਨਾ ਬਹੁਤ ਜ਼ਿਆਦਾ ਆਸਾਨ ਹੈ। ਆਪਕੋ ਦੀਏ ਗਏ ਟਾਈਮ ਪਰ ਅਸਿਸਟ ਕੋ ਸਿਲੈਕਟ ਕਰਕੇ ਪ੍ਰੇਡਿਕਸ਼ਨ ਕਰਨਾ ਹੈ। ਇਸ ਟਾਈਮ ਮੈਂ ਕ੍ਰਿਪਟੋ ਇੰਡੈਕਸ ਪਰ ਟ੍ਰੇਡਿੰਗ ਕਰਤਾ ਹੂੰ, ਔਰ ਇਹ ਟੌਪ ਪਰ ਹੈ। ਜਬ ਪ੍ਰੋਫਿਟ ਹੋਤਾ ਹੈ ਤੋ ਮੈਂ ਵਿਦਡਰਾ ਕੇ ਲੀਏ ਆਪਣਾ UPI ਸਿਲੈਕਟ ਕਰਤਾ ਹੂੰ, ਲੇਕਿਨ ਯਹਾਂ ਪਰ ਬਹੁਤ ਆਪਸ਼ਨ ਹੈ ਜੈਸੇ ਕਿ ਪੇਟੀਐਮ, ਰੁਪਏ, ਇੰਡੀਆ ਬੈਂਕਿੰਗ ਆਨਲਾਈਨ, ਔਰ ਵੀ ਬਹੁਤ ਕੁਛ। ਐਕਸਪੋਰਟ ਆਪਸ਼ਨ ਪਰ ਟ੍ਰੇਡਿੰਗ ਕਰਨੇ ਪਰ ਬਹੁਤ ਪ੍ਰੋਫਿਟ ਹੋਤਾ ਹੈ, ਡਿਸਕ੍ਰਿਪਸ਼ਨ ਮੇਂ ਦੀਏ ਗਏ ਲਿੰਕ ਪਰ ਕਲਿੱਕ ਕਰੇਂ ਔਰ ਸ਼ੁਰੂ ਕਰੇਂ ਐਕਸਪੋਰਟ ਆਪਸ਼ਨ ਪਰ ਟ੍ਰੇਡਿੰਗ ਕਰਨਾ ਔਰ ਖੂਬ ਸਾਰਾ ਪ੍ਰੋਫਿਟ ਕਮਾਉਣਾ। ਉਹ ਗੁਰੀ, ਅੱਜ ਤਾਂ ਮੈਂ ਹੀ ਜਿੱਤੂੰਗਾ ਦੇਖੀ। ਉਹ ਕਿਹੜੀਆਂ ਗੱਲਾਂ ਕਰਦਾ ਤੂੰ, ਪੂਰੇ 2 ਗਲਾਸ ਦੁੱਧ ਪੀ ਕੇ ਆਇਆ, ਤੇ ਮਰਜ਼ੀ ਆ ਜੀ। ਉਹ ਚੱਲ ਕੋਈ ਨਾ, ਦੇਖ ਲਾਂਗੇ ਫਿਰ। ਆ ਜਾ ਲਾਉਣੇ ਸਪਰਿੰਟਾਂ। ਚੱਲ
ਦੇਖੀ ਸਿੰਮੀ ਉਹ ਮੁੰਡਾ ਹਜੇ ਵੀ ਤੇਰੇ ਕਣੀ ਦੇਖੀ ਜਾਂਦਾ ਯਾਰ। ਹੈਂ? ਦੇਖੀ ਮੁੜ ਮੁੜ ਵੇਖੀ ਜਾ ਰਿਹਾ ਯਾਰ ਤੇਰੇ ਕਣੀ। ਤੂੰ ਖੜ ਇੱਥੇ, ਇਹਨੂੰ ਤਾਂ ਸਬਕ ਮੈਂ ਸਿਖਾ ਕੇ ਆਉਂਦੀ ਆ। ਓਏ ਨਾ ਨਾ, ਤੂੰ ਬੇਇੱਜ਼ਤੀ ਕਰਾਉਣੀ ਆ ਹੁਣੀ ਜਾ ਕੇ। ਉਹ ਨਾਲ ਤੈਨੂੰ ਪਤਾ ਮੁੰਡੇ ਮਿੰਟ ਲਾਉਂਦੇ ਆ ਗੱਲ ਬਦਲਣ 'ਚ। ਜੇ ਉਹਨੇ ਐਂ ਕਹਿਤਾ ਵੀ ਮੇਰੀਆਂ ਅੱਖਾਂ ਮੈਂ ਜਿੱਧਰ ਮਰਜ਼ੀ ਵੇਖਾਂ, ਨਾਲੇ ਜੇ ਐਂ ਕਹਿਤਾ ਵੀ ਤੁਹਾਡੇ ਪਿੱਛੇ ਪੇੜ ਦੇਖ ਰਿਹਾ ਸੀ ਮੈਂ, ਫਿਰ ਕੀ ਕਰੇਂਗੀ ਯਾਰ। ਗੱਲ ਤਾਂ ਤੇਰੀ ਸਹੀ ਹੈ, ਹੁਣ ਕੀ ਕਰੀਏ ਫਿਰ ਆਪਾਂ? ਚੱਲ ਕੋਈ ਨਾ, ਵੇਖ ਹੀ ਰਿਹਾ ਹੈਗਾ, ਜੇ ਕੁਛ ਕਹਿਤਾ ਤਾਂ ਫਿਰ ਵੇਖ ਲਵਾਂਗੇ ਆਪਾਂ। ਚੱਲ ਠੀਕ ਹੈ, ਚੱਲ ਚੱਲੀਏ ਹੁਣ। ਉਹ ਕਿਉਂ ਗੁਰੀ, ਤੈਨੂੰ ਕਿਹਾ ਸੀ ਨਾ ਜਿੱਤੂਗਾ ਤਾਂ ਮੈਂ ਹੀ। ਉਹ ਤੂੰ ਕਿਹੜੀਆਂ ਗੱਲਾਂ ਕਰਦਾ ਯਾਰ, ਮੈਂ ਤਾਂ ਹਾਰ ਕੇ ਵੀ ਜਿੱਤ ਗਿਆ। ਅੱਛਾ ਇਹ ਗੱਲ ਹੈ, ਇਸ ਹਿਸਾਬ ਨਾਲ ਤਾਂ ਫਿਰ ਮੈਂ ਹੀ ਜਿੱਤਿਆ ਕਰੂੰ ਰੋਜ਼। ਆ ਕਿਉਂ ਏ? ਕਿਉਂਕਿ ਉਹ ਰੋਜ਼ ਗਰਾਊਂਡ 'ਚ ਆਇਆ ਕਰਨਗੀਆਂ ਹੁਣ ਹੱਥਾਂ ਨਾਲ ਕਰੇ। ਚੱਲ ਸਿੰਮੀ ਹੁਣ ਮੈਂ ਘਰ ਜਾਂਦੀ ਹਾਂ, ਲੇਟ ਹੋ ਗਈ ਹਾਂ, ਅਤੇ ਮੇਰੀ ਗੱਲ ਸੁਣ ਲਾ। ਗੱਲ ਨੂੰ ਨਾ ਟਾਈਮ ਨਾਲ ਤਿਆਰ ਹੋ ਜੀ, ਮੇਰੇ ਬਾਪੂ ਨੂੰ ਮੈਂ ਮਸਾਂ ਮਨਾਇਆ। ਉਹ ਕੋਈ ਨਾ ਯਾਰ, ਮੈਂ ਟਾਈਮ ਨਾਲ ਤਿਆਰ ਹੋ ਜੂ। ਤੂੰ ਮੈਨੂੰ ਐਂ ਦੱਸ, ਤੂੰ ਆਪਣੇ ਬਾਪੂ ਨੂੰ ਕਿਵੇਂ ਮਨਾਇਆ ਯਾਰ? ਉਹਨਾਂ ਨੂੰ ਤਾਂ ਇੰਨਾ ਸਵਾਰਡ ਪਾਗਾ, ਤੈਨੂੰ ਉਹ ਵੀ ਪੰਜਾਬ ਪੁਲਿਸ ਲਈ, ਕਿਵੇਂ ਤੁਸੀਂ ਮਨਾਇਆ ਉਹਨੂੰ? ਯਾਰ ਮੈਂ ਵੀ ਇਹ ਸੋਚਦੀ ਹਾਂ ਕਿ ਬਾਪੂ ਇੰਨੀ ਜਲਦੀ ਕਿਵੇਂ ਮੰਨ ਗਏ। ਚੱਲ ਆਪਾਂ ਨੂੰ ਤਾਂ ਹਾਂ ਤੱਕ ਮਤਲਬ ਹੈ, ਵਾਧੂ ਸੋਚ ਕੇ ਕੀ ਲੈਣਾ। ਹਾਂ ਹਾਂ ਚੱਲ। ਉਹ ਬੰਟੀ ਹਲਾਈ ਸਿੱਧੀ ਪਾ ਲਾ, ਗਲਤ ਪਾਈ ਉਹਨੇ। ਕੁੜੀਆਂ ਜੋ ਕੀ ਕੱਢੇਗਾ ਤੂੰ, ਆਪਦੀ ਤਿਆਰੀ ਕਰ, ਜੇ ਭਰਤੀ ਹੋ ਗਿਆ ਕੁੜੀਆਂ ਤੇਰੇ ਪਿੱਛੇ ਫਿਰਨਗੀਆਂ। ਉਹ ਬਾਈ ਮੈਂ ਇਹੀ ਗੱਲਾਂ ਸਮਝਾਉਣਾ ਇਹਨੂੰ। ਉਹ ਯਾਰ ਤੁਸੀਂ ਕਿਉਂ ਨੀ ਸਮਝਦੇ, ਮੈਨੂੰ ਦਿਲੋਂ ਪਿਆਰ ਹੋ ਗਿਆ। ਉਹ ਦਿਲੋਂ ਪਿਆਰ ਤਾਂ ਤੇਰੇ ਮਗਰ ਆਪੀ ਫਿਰਨਗੀਆਂ ਸਾਰੀਆਂ ਕੁੜੀਆਂ ਜੇ ਤੂੰ ਭਰਤੀ ਹੋ ਗਿਆ। ਹੋਰ ਨਾਲੇ ਇਹਨੂੰ ਕਿਹਾ ਵਾ ਬਈ ਜੱਗ ਜਿੱਤਿਆ ਨੀ ਜਾਂਦਾ ਹੈਗਾ। ਜੱਗ ਨੀ ਜਿੱਤਿਆ ਜਾਂਦਾ ਬਾਈ, ਤੂੰ ਭਰਤੀ ਹੋ, ਤੇਰੇ ਮਗਰ ਵਧੀਆ ਵਧੀਆ ਘਰਾਂ ਦੀਆਂ ਕੁੜੀਆਂ ਤੈਨੂੰ ਆਪੀ ਚੰਗੇ ਚੰਗੇ ਰਿਸ਼ਤੇ ਆਉਣਗੇ ਜੇ ਤੂੰ ਭਰਤੀ ਹੋ ਗਿਆ। ਉਹ ਚੱਲ ਛੱਡ ਬਾਈ ਪ੍ਰਦੀਪ, ਤੂੰ ਤਾਂ ਯਾਰ ਚੰਡੀਗੜ੍ਹ ਤੱਕ ਤੱਕ ਜਾਂਦਾ ਰਹਿਣਾ, ਕੋਈ ਸਾਡਾ ਕੰਮ ਕਢਾ ਯਾਰ, ਮੂਰੇ ਭਰਤੀ ਯਾਰ ਪੇਪਰ ਉੱਪਰ ਦੇਣਾ ਪਏ ਸਾਨੂੰ। ਜੇ ਤਿਆਰੀ ਵਧੀਆ ਕਰੂਗਾ ਬੰਦਾ ਆਪਣੇ ਲਵੇ ਹੈਗਾ, ਫਿਜ਼ੀਕਲ ਟੈਸਟ ਕੱਢੇ, ਆਪਾਂ ਬਾਕੀ ਗਾਹਾਂ ਗੱਲ ਕਰ ਲਾਂਗੇ। ਹੋਰ ਸਾਡਾ ਤਾਂ ਬਸ ਆਹੀ ਬਸ ਆਹੀ ਹੈ, ਇਹ ਆਪਦੀ ਫਿਜ਼ੀਕਲ ਟ੍ਰੇਨਿੰਗ ਕੱਢੇ, ਆਪਾਂ ਇਹਨੂੰ ਪੇਪਰ 'ਚ ਕਢਾ ਦਾਂਗੇ। ਗੋਬਿੰਦ, ਹਾਂ ਉਹ ਆਪਣਾ ਮਿੱਤਰ ਹੈਗਾ, ਉਹ ਉਹਨੂੰ ਪੇਪਰ 'ਚ ਕਢਾ ਦੂਗਾ। ਚੱਲ ਉਹਨੂੰ ਕਰਦੀ ਫੋਨ, ਮੈਂ ਉਹਨੂੰ ਪੁੱਛ ਲੂੰਗਾ ਬਾਕੀ। ਠੀਕ ਠੀਕ ਹੈ ਬਾਈ, ਠੀਕ ਹੈ, ਚੰਗਾ ਬਾਈ, ਠੀਕ ਹੈ ਬਾਈ, ਓਕੇ। ਇੱਧਰ ਲਿਆ, ਇੱਧਰ ਸਰਦਾਰ ਜੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਓਏ ਹਾਂ ਜੀਤਿਆ ਦੱਸ। ਤੁਸੀਂ ਇੱਕ ਗੱਲ ਦੱਸੋ, ਤੁਸੀਂ ਆਪਣੀ ਕੁੜੀ ਕਦੇ ਇਕੱਲੀ ਮੋੜ ਤੱਕ ਨਹੀਂ ਜਾਣ ਦਿੱਤੀ, ਅਤੇ ਅੱਜ ਤੁਸੀਂ ਉਹਨੂੰ ਸ਼ਰੇਆਮ ਇਕੱਲੀ ਨੂੰ ਗਰਾਊਂਡ ਤੱਕ ਭੇਜਤਾ, ਉਹ ਵੀ ਪੰਜਾਬ ਪੁਲਿਸ ਦੀ ਤਿਆਰੀ ਕਰਨ ਲਈ। ਉਹ ਕਮਲਿਆ ਤੂੰ ਬੋਲਾ ਹੋਇਆ, ਕਿੱਥੇ ਤਾਂ ਆਪਾਂ ਪੰਜਾਬ ਪੁਲਿਸ ਨੂੰ ਪੈਸੇ ਦਿੰਦੇ ਹਾਂਗੇ ਆਪਣਾ ਕੰਮ ਕਰਾਉਣ ਵਾਸਤੇ, ਜੇ ਕਿਤੇ ਆਪਣੀ ਕੁੜੀ ਕੱਲ੍ਹ ਨੂੰ ਪੁਲਿਸ 'ਚ ਭਰਤੀ ਹੋ ਗਈ ਤਾਂ ਆਪਾਂ ਨੂੰ ਕਿਸੇ ਦਾ ਡਰ ਨਹੀਂ ਰਹਿਣਾ। ਹਾਂ ਸਰਦਾਰ ਜੀ, ਤਾਂ ਮੈਂ ਸੋਚੀ ਨਹੀਂ ਹੈਗਾ। ਓਏ ਤੂੰ ਤਾਂ ਕਮਲਾ ਦਿਮਾਗ ਤੋਂ ਕੰਮ ਲਿਆ ਕਰ।
ਤੂੰ ਠੀਕ ਹੈ? ਤੈਨੂੰ ਲੱਗੀ ਤਾਂ ਨਹੀਂ? ਲੈ ਜੱਸੀ, ਮੈਨੂੰ ਤਾਂ ਇਹ ਕਾਮਲਾ ਲੱਗਦਾ, ਇੰਨੀ ਸੱਟ ਲੱਗੀ ਹੋਈ ਹੱਸੀ ਜਾਂਦਾ ਹੈਗਾ। ਓ ਹੈਲੋ, ਤੇਰੇ ਨਾਲ ਗੱਲ ਕਰ ਰਹੀ ਹਾਂ ਮੈਂ। ਹਾਂਜੀ, ਕੀ ਕਹਿ ਰਹੇ ਹੋ ਤੁਸੀਂ? ਅਸੀਂ ਕੀ ਕਹਿਣਾ, ਤੇਰੇ ਸੱਟ ਲੱਗੀ ਆ, ਉੱਠ ਜਾ, ਦਵਾਈ ਲਗਾ ਲੈ। ਤੇ ਧੰਨਵਾਦ ਜੀ, ਕੋਈ ਨਾ, ਮੈਂ ਲੈ ਲੈਣਾ ਜੀ। ਆ ਜਾ, ਚੱਲੀਏ ਜੱਸੀ। ਲੈ, ਉਹ ਡਿੱਗ ਗਿਆ। ਆਹ ਕੁੜੀਆਂ ਜੀ ਕਿਸੇ ਤੂਫਾਨ ਨਾਲੋਂ ਘੱਟ ਨਹੀਂ ਹੈਗੀਆਂ। ਕੱਲ੍ਹ ਧਾਰੇ ਸਵਿੱਚ ਹੋ ਰਿਹਾ ਸੀ, ਅੱਜ ਪਤੰਦਰ ਨੂੰ ਡੇਗ ਹੀ ਦਿੱਤਾ। ਚੱਲ ਪੁੱਛਦਾ, ਸੱਟ ਤਾਂ ਨਹੀਂ ਵੱਜੀ? ਉਹ ਪੂੰਡ ਆਸ਼ਕਾ ਦੇ ਲਿਆ ਕਰ। ਉਹ ਯਾਰ, ਉਹਦੇ ਕਿ ਧਿਆਨ ਹੋ ਗਿਆ ਸੀ, ਠੋਕਰ ਲੱਗ ਗਈ। ਉਹ ਭੱਜਣ ਵੇਲੇ ਧਿਆਨ ਤੂੰ ਇੱਧਰ ਰੱਖਿਆ ਕਰ, ਆਪਦਾ ਸੱਟ ਖਾ ਲਈ ਸੀ। ਜਦ ਤਾਂ ਨਹੀਂ, ਨਾ ਨਾ ਤਾਂ ਮੂਵ ਜੀ ਲਾ ਲਾਂਗੇ। ਤੈਨੂੰ ਦੋ ਆ ਕੀ ਡਿੱਗ ਗਿਆ? ਛੱਲਾ ਮਿਲਾ ਤਾਂ ਉਸੇ ਦਾ। ਚੱਲ ਚੱਲੀਏ ਪਤੰਦਰਾ, ਤੂੰ ਇਹਨੂੰ ਪੀਣ ਕਾ ਲਾ ਕੇ ਦੇਖਣ ਲੱਗਿਆ, ਨੰਬਰ ਨਹੀਂ ਦੇਖ ਗਈ। ਆ ਜਾ, ਚੱਲ ਉਹਦਾ ਮੋੜ ਦਿੰਦਾ ਛੱਲਾ। ਆ ਜਾ, ਨਾਲੇ ਬਹਾਨੇ ਗੱਲ ਹੋ ਜੂਗੀ। ਆ ਜਾ ਆ ਜਾ, ਵੀ ਲੱਤ ਹੀ ਦੁਖ ਲੱਗ ਗਈ। ਜੱਸੀ ਤੂੰ ਨਾ ਜੂੜਾ ਕਰ ਲਾ, ਅੱਜ ਆਪਾਂ ਨਾ 1600 ਮੀਟਰ ਰੇਸ ਲਾਉਣੀ ਹੈ। ਠੀਕ ਹੈ, ਤੂੰ ਵੀ ਕਰ ਲਾ। ਹਾਂ ਹਾਂ, ਚੱਲ। ਕੱਲ ਡੇਟ ਤੇ ਕਹੇਗਾ, ਫਿਰ ਨੰਬਰ ਮੰਗੇਗਾ, ਫਿਰ ਕਹੇਗਾ ਮੈਂ ਤੈਨੂੰ ਪਸੰਦ ਕਰਦਾ। ਵਟ ਐਵਰ, ਮੈਂ ਤੇਰੇ ਵਰਗੇ ਮੁੰਡਿਆਂ ਨੂੰ ਨਾ ਚੰਗੀ ਤਰ੍ਹਾਂ ਜਾਣਦੀ ਹਾਂ। ਐਕਸਕਿਊਜ਼ ਮੀ, ਕੁਛ ਕਿਹਾ? ਮੈਂ ਕੀ ਕਹਿਣਾ ਜੀ? ਦੇਖ ਮਿਸਟਰ, ਮੈਂ ਇੱਥੇ ਆਪਣਾ ਕਰੀਅਰ ਬਣਾਉਣ ਆਈ ਹਾਂ, ਤੂੰ ਜਿੰਨਾ ਮੇਰੇ ਤੋਂ ਦੂਰ ਰਹੇਗਾ ਨਾ, ਤੇਰੇ ਲਈ ਓਨਾ ਚੰਗਾ ਆ। ਸੁਣ ਗਿਆ? ਉਹ ਮੈਂ ਕਿਹੜਾ ਤੁਹਾਡਾ ਕਰੀਅਰ ਬਣਨ ਤੋਂ ਰੋਕਦਾ ਜੀ, ਮੈਂ ਤਾਂ ਸਿਰਫ ਇੱਕ ਕੱਪ ਕੌਫੀ ਦੀ ਗਿਆ। ਪਲੀਜ਼ ਚੱਲ ਜੱਸੀ, ਚੱਲੀਏ। ਪਤਾ ਨਹੀਂ ਇਹ ਮੁੰਡਾ ਮੇਰਾ ਖੇੜਾ ਕਿਵੇਂ ਛੱਡੂਗਾ। ਇੱਕ ਕੱਪ ਕੌਫੀ ਪੀਣ ਤੋਂ ਬਾਅਦ ਹੀ ਛੱਡੂ, ਹੁਣ ਇਹ ਕਿਹੜਾ ਤੇਰਾ।
ਕੀ ਮਤਲਬ? ਨਾ ਇਹਦੇ ਵਿੱਚ ਮਤਲਬ ਦੀ ਕੀ ਗੱਲ ਹੈ, ਸਿੱਧੀ ਜੀ ਗੱਲ ਹੈ, ਵਿਚਾਰੀ ਇੰਨੇ ਦਿਨ ਹੋ ਗਏ ਤੇਰੇ ਪਿੱਛੇ ਆਉਂਦੇ ਨੂੰ, ਤੂੰ ਕਾਫੀ ਦਾ ਕੱਪ ਪੀ ਲਾ ਦੱਸ ਤੈਨੂੰ ਕੀ ਹੁੰਦਾ, ਨਾਲੇ ਜੇ ਕੋਈ ਐਸਾ ਵੈਸਾ ਹੁੰਦਾ ਨਾ ਤੇਰੇ ਪਿੱਛੇ ਨਾ ਆਉਂਦਾ। ਯਾਰ ਐਵੇਂ ਕਿਵੇਂ ਪੀ ਲਾਂ, ਨਾ ਜਾਣ ਨਾ ਕੋਈ ਪਹਿਚਾਣ। ਉਹ ਯਾਰ ਜਾਣ ਪਹਿਚਾਣ ਤਾਂ ਵਧੂ ਜੇ ਤੂੰ ਉਹਦੇ ਨਾਲ ਕਾਫੀ ਪੀਵੇਂਗੀ, ਨਾਲੇ ਤੈਨੂੰ ਸੱਚ ਦੱਸਾਂ ਮੁੰਡਾ ਮੈਨੂੰ ਬਹੁਤ ਸਾਊ ਲੱਗਦਾ ਯਾਰ, ਜੇ ਨਾ ਕੋਈ ਐਸਾ ਵੈਸਾ ਹੁੰਦਾ ਤੇਰੇ ਪਿੱਛੇ ਨਾ ਆਉਂਦਾ, ਨਾਲੇ ਹੁਣ ਨੂੰ ਨਵੀਂ ਸੇਲੀ ਲੱਭ ਲੈਂਦਾ ਉਹ। ਹਾਂ ਸਿੰਮੀ ਵੈਸੇ ਗੱਲ ਤਾਂ ਸਹੀ ਹੈ, ਲੱਗਦਾ ਤਾਂ ਮੈਨੂੰ ਇਹ ਸਾਊ ਆ, ਪਰ ਹੁਣ ਮੈਂ ਕੀ ਕਰਾਂ? ਕਰਨਾ ਤਾਂ ਕੀ ਹੈ, ਜਾ ਕੇ ਉਹਦੇ ਨਾਲ ਕਾਫੀ ਪੀ ਲਾ, ਨਾਲੇ ਆ ਦੇਖ ਕਿੰਨੇ ਪਿਆਰ ਨਾਲ ਦੇਖਦਾ ਤੈਨੂੰ। ਚਲ ਠੀਕ ਹੈ। ਤੁਹਾਡਾ ਨਾਮ ਜੱਸੀ ਹੈ ਜੀ? ਹਾਂਜੀ। ਤੁਹਾਡਾ ਨੇ? ਮੇਰਾ ਨਾਮ ਗੁਰੀ ਹੈ ਜੀ। ਨਾਈਸ ਨੇਮ। ਤੁਸੀਂ ਕਾਫੀ ਪੀਓਗੇ ਜਾਂ ਮੈਂ ਕੁਝ ਹੋਰ ਆਰਡਰ ਕਰਾਂ? ਨਹੀਂ ਕਾਫੀ ਨਹੀਂ, ਮੈਂ ਕੋਲਡ ਡਰਿੰਕ ਪੀ ਲੂੰਗੀ। ਅੱਛਾ ਕੋਲਡ ਡਰਿੰਕ। ਹਾਂਜੀ ਬੇਟਾ, ਦੋ ਕੋਲਡ ਡਰਿੰਕ ਲੈ ਕੇ ਆਇਓ। ਵੈਸੇ ਤੁਹਾਨੂੰ ਗੋਲ ਗੱਪੇ ਨਹੀਂ ਪਸੰਦ? ਪਸੰਦ ਨੇ, ਤਿੱਖੇ ਵਾਲੇ। ਅੱਛਾ ਉਹ ਗਰਾਊਂਡ ਵਾਲੇ ਮੋੜ ਦੇ ਜੀਤੇ ਤੋਂ? ਹਾਂ। ਵੈਸੇ ਤੁਹਾਨੂੰ ਕਿਵੇਂ ਪਤਾ? ਮੈਂ ਰੋਜ਼ ਤੁਹਾਨੂੰ ਨੋਟਿਸ ਤਾਂ ਕਰਦਾ ਸੀ, ਤਾਂ ਕਰਕੇ ਮੈਨੂੰ ਪਤਾ ਲੱਗ ਗਿਆ। ਅੱਛਾ ਵੈਸੇ ਅੱਜ ਗਰਮੀ ਬਹੁਤ ਹੈ ਨਾ, ਤਾਂ ਹੀ ਤਾਂ ਫਿਰ ਤੁਸੀਂ ਬਹੁਤ ਗਰਮੀ 'ਚ ਕਾਫੀ ਪੀਤੀ ਨਹੀਂ ਜਾਂਦੀ। ਦੇਖ ਜੱਸੀ, ਆਪਾਂ ਫੋਟੋ 'ਚ ਕਿੰਨੇ ਸੋਹਣੇ ਲੱਗ ਰਹੇ। ਹਾਂ ਉਹ ਤਾਂ ਹੈ, ਅਤੇ ਇੱਕ ਬਸ ਮੇਰਾ ਪੇਪਰ ਕਲੀਅਰ ਹੋ ਜੇ, ਫਿਰ ਮੈਂ ਆਪਣੇ ਬਾਪੂ ਨਾਲ ਗੱਲ ਕਰਕੇ ਨਾ ਤੇਰੇ ਘਰ ਰਿਸ਼ਤਾ ਲੈ ਕੇ ਆ ਜਾਵਾਂ। ਲੈ ਗੁਰੀ ਤੂੰ ਫਿਰ ਸ਼ੁਰੂ ਹੋ ਗਿਆ, ਤੈਨੂੰ ਮੈਂ ਕਿੰਨੀ ਵਾਰ ਕਿਹਾ ਆਪਾਂ ਜਸਟ ਫਰੈਂਡ ਰਹਿ ਸਕਦੇ ਹਾਂ, ਇਸ ਤੋਂ ਵੱਧ ਕੇ ਕੁਝ ਨਹੀਂ। ਉਹ ਲੈ ਯਾਰ ਮੈਂ ਇਕੱਲੇ ਨੇ ਵਿਆਹ ਕਰਾਉਣਾ, ਤੂੰ ਮੈਨੂੰ ਪਿਆਰ ਨਹੀਂ ਕਰਦੀ ਹੈਗੀ, ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ। ਗੁਰੀ ਇਹ ਗੱਲ ਨਹੀਂ ਹੁੰਦੀ, ਮੇਰੇ ਘਰਦਿਆਂ ਨੇ ਕਦੇ ਨਹੀਂ ਮੰਨਣਾ ਆਪਣੇ ਵਿਆਹ ਲਈ। ਉਹ ਯਾਰ ਤੂੰ ਘਰਦਿਆਂ ਦੀ ਟੈਨਸ਼ਨ ਕਿਉਂ ਲਈ ਜਾਂਦੀ ਹੈ, ਮੈਂ ਤੇਰੇ ਘਰਦਿਆਂ ਨੂੰ ਆਪੇ ਮਨਾ ਲੂੰਗਾ, ਨਾਲੇ ਉਹ ਕਿਤੇ ਨਾ ਕਿਤੇ ਤਾਂ ਤੇਰਾ ਵਿਆਹ ਕਰਨਗੇ, ਸਾਰੀ ਉਮਰ ਕੁਆਰੀ ਥੋੜ੍ਹੀ ਰੱਖਣਗੇ, ਨਾਲੇ ਮੇਰੇ ਨਾਲ ਵਿਆਹ ਕਰਨ 'ਚ ਕੀ ਹਰਜ ਆ? ਬਸ ਯਾਰ ਤੂੰ ਭੁੱਲ ਜਾ ਕਿ ਆਪਣੇ ਦੋਵਾਂ ਦਾ ਵਿਆਹ ਹੋਊਗਾ, ਇਹਦੇ ਵਿੱਚ ਹੀ ਆਪਣੀ ਭਲਾਈ ਆ। ਉਹ ਜੱਸੀ ਪਰ ਗੱਲ ਘਰਦਿਆਂ ਦਾ ਫੋਨ ਆ ਰਿਹਾ, ਚੱਲ ਜੋ ਮੈਂ ਕਿਹਾ ਨਾ ਧਿਆਨ ਰੱਖੀ, ਬਾਏ। ਸਲਾਹ
ਉਹ ਕਿਵੇਂ ਗੋਬਿੰਦ ਬਾਈ? ਠੀਕ ਹੈ ਬਾਈ, ਪਹਿਲੀ ਤੂੰ ਸੁਣਾ। ਉਹ ਬਾਈ ਮੈਂ ਤਾਂ ਐਂ ਕਹਿੰਦਾ ਸੀ, ਤੈਨੂੰ ਪਤਾ ਹੈ ਮੂਰੇ ਭਰਤੀ ਆ ਰਿਹਾ ਪੁਲਿਸ ਦੀ। ਹਾਂ, ਅਤੇ ਸਲਾਹ ਸਲੂਹ ਦੇ ਕੋਈ? ਸਲਾਹ ਤੇਰੇ ਨਾਲ ਆ ਬਾਈ, ਕੋਈ ਗੱਲ ਨਹੀਂ, ਤਿਆਰੀ ਕਰ ਅਕੈਡਮੀ। ਤਿਆਰੀ ਤਾਂ ਬਾਈ ਫੁੱਲ ਚੱਲ ਰਹੀ ਆਪਣੀ। ਵਧੀਆ ਵਧੀਆ, ਚੱਲ ਤਿਆਰੀ ਕਰ, ਜੇ ਕਿਸੇ ਚੀਜ਼ ਵਾਸਤੇ ਕਿਸੇ ਵੀ ਕੰਮ ਦੀ ਲੋੜ ਹੋਈ ਮਦਦ ਮੈਂ ਕਰਵਾ ਦੂੰਗਾ ਬਾਈ। ਉਹ ਐਂ ਕਹਿੰਦਾ ਸੀ ਬਾਈ, ਮੂਰੇ ਹੁਣ ਪੇਪਰ ਆ ਰਿਹਾ ਯਾਰ, ਕੋਈ ਬੰਦਾ ਮੁੰਦਾ ਕਰਨਾ ਪੈ ਜਾਂਦਾ। ਮੈਂ ਤੂੰ ਤਾਂ ਹੁਣ ਬਾਹਰ ਅੰਦਰ ਰਹਿਣਾ, ਤੈਨੂੰ ਪਤਾ ਹੀ ਹੈ। ਠੀਕ ਹੈ ਠੀਕ ਹੈ, ਕੋਈ ਨਹੀਂ, ਹੈਗੇ ਆਪਣੇ ਇੱਕ ਦੋ ਮਿੱਤਰ, ਮੈਂ ਗੱਲ ਕਰਕੇ ਦੇਖੂੰਗਾ ਉਹਨਾਂ ਨੂੰ ਫੋਨ 'ਤੇ, ਆਪਾਂ ਕਰ ਲਵਾਂਗੇ ਹੱਲ। ਹਾਂ, ਤੂੰ ਆਪਦਾ ਦਿਲ ਲਾ ਕੇ ਕਰ ਮਿਹਨਤ। ਹੋਰ ਵੀ ਮੁੰਡੇ ਕਰਦੇ ਹੁਣ ਮਿਹਨਤ ਉੱਥੇ? ਹਾਂ ਬਾਈ, ਗੁਰੂ ਮੈਂ ਉੱਥੇ ਸਾਰੇ ਹੁੰਦੇ ਸੀ। ਬਹੁਤ ਵਧੀਆ ਵਧੀਆ, ਮਿਹਨਤ ਕਰੋ ਰੱਜ ਕੇ। ਹੋਰ ਬਾਈ, ਹੁਣ ਤੈਨੂੰ ਪਤਾ ਹੀ ਹੈ ਯਾਰ, ਹੈ ਨਾ, ਤਾਂ ਕੋਈ ਗੱਲ ਨਹੀਂ, ਆਹੀ ਇੱਕ ਮਿਹਨਤ ਆ ਬਸ, ਇਹ ਰੱਬ ਪੂਰੀ ਕਰਦੇ, ਉਹੀ ਬਹੁਤ ਹੈ। ਤੇਰੀ ਮਿਹਨਤ ਨੂੰ ਰੱਬ ਫਲ ਲਾਊਗਾ ਛੋਟੇ ਵੀਰ, ਬਸ ਤੂੰ ਦਿਲੋਂ ਮਿਹਨਤ ਕਰ ਦੇਂਗਾ। ਹਾਂ ਹਾਂ ਬਾਈ, ਤੇਰੇ ਨਾਲ ਆ, ਜਿਹਾ ਜਿਹਾ ਮੈਥੋਂ ਮਦਦ ਹੋਊਗੀ ਮੈਂ ਪੱਕਾ ਕਰੂੰਗਾ। ਠੀਕ ਹੈ ਬਾਈ, ਠੀਕ ਹੈ ਠੀਕ ਹੈ ਠੀਕ ਹੈ ਬਾਈ, ਚੱਲ ਠੀਕ ਹੈ ਬਾਈ, ਮੈਂ ਤਾਂ ਹੀ ਸਲਾਹ ਲੈਣੀ ਸੀ। ਕੋਈ ਨਹੀਂ ਚੰਗਾ, ਜੇ ਬਾਈ ਕੋਈ ਖੋਦ ਕੰਮ ਹੁੰਦਾ ਤਾਂ ਦੱਸ ਦੀ ਮੈਨੂੰ। ਕੋਈ ਨਹੀਂ ਕੋਈ ਨਹੀਂ, ਹਾਂ ਖੇਤ ਹੀ ਚੱਲਿਆ ਸੀ ਮੈਂ, ਜੇ ਲੋੜ ਪਈ ਤੈਨੂੰ ਪੱਕਾ ਦੱਸੂੰਗਾ। ਹਾਂ ਠੀਕ ਹੈ, ਤੂੰ ਮਿਹਨਤ ਕਰ, ਠੀਕ ਹੈ? ਠੀਕ ਹੈ ਬਾਈ, ਚੰਗਾ ਬਾਈ, ਚੰਗਾ। ਇਹ ਕੰਮ ਵੀ ਵਧੀਆ ਹੋ ਗਿਆ। ਪੁੱਤ ਤੇਰੀ ਤਿਆਰੀ ਕਿਵੇਂ ਚੱਲ ਰਹੀ ਹੈਗੀ? ਤਿਆਰੀ ਤਾਂ ਵਧੀਆ ਚੱਲੀ ਜਾਂਦੀ ਹੈ ਮਾਂ, ਬਾਕੀ ਦੇਖੋ ਅੱਗੇ ਕੀ ਬਣਦਾ। ਪੁੱਤ ਤੂੰ ਸੋਚ ਨਾ ਕਰ, ਮਨ ਲਾ ਕੇ ਤਿਆਰੀ ਕਰ ਲੈ, ਰੱਬ ਆਪਣੀ ਸੁਣੂਗਾ, ਜੇ ਤੇਰੇ ਕਰਮਾਂ 'ਚ ਉਹੀ ਨੌਕਰੀ ਮਿਲ ਜੂਗੀ। ਇਹ ਤਾਂ ਹੈ ਮਾਂ। ਪੁੱਤ ਇੰਨਾ ਦੁਖੀ ਜਾ ਕੇ ਰਹਿਣਾ, ਦੋ ਤਿੰਨ ਦਿਨ ਹੋ ਗਏ, ਜੇ ਕੋਈ ਗੱਲਬਾਤ ਤਾਂ ਮੈਨੂੰ ਦੱਸ ਦੇ। ਉਹ ਨਹੀਂ ਨਹੀਂ ਮਾਂ, ਕਾਹਨੂੰ ਟੈਨਸ਼ਨ ਲੈਂਦਾ ਮੈਂ, ਊਂ ਲੱਗੀ ਜਾਂਦਾ ਤੈਨੂੰ, ਨਾਲੇ ਮੇਰਾ ਗਰਾਊਂਡ ਦਾ ਟਾਈਮ ਹੋ ਰਿਹਾ, ਮੈਂ ਜਾਣਾ। ਆਹ ਮੁੰਡੇ ਜਿਹੇ ਨੂੰ ਦੁਖੀ ਕਰਦੀ, ਖਾਬਰੀ ਕਾਰਡ ਟੈਸਟ ਲੈ ਕੇ ਹੈਗੀ ਜਾਂ ਮੈਨੂੰ ਦੱਸਦਾ ਹੈਗਾ, ਓਹੋ ਮੈਂ ਤਾਂ ਉਹਨਾਂ ਦੀ ਜੈਡ ਲੈ ਕੇ ਜਾ ਕੇ ਆਉਣਾ ਸੀਗਾ। ਉਹ ਗੁਰੀ ਕੀ ਸੋਚੀ ਇਹਨੇ? ਯਾਰ ਦੋ ਦਿਨ ਹੋ ਗਏ ਇਸੀ ਗਰਾਊਂਡ 'ਚ ਹੀ ਨਹੀਂ, ਨਾਲੇ ਤਾਂ ਫੋਨ ਬੰਦ ਆਈ ਜਾਂਦਾ। ਫਿਰ ਤਾਂ ਸਿੰਮੀ ਨੂੰ ਪੁੱਛਿਆ ਗਿਆ? ਨਾ, ਉਹਨੂੰ ਤਾਂ ਪੁੱਛਿਆ ਨਹੀਂ ਗਾ ਮੈਂ। ਲੈ ਫਿਰ ਤੂੰ ਜਾ ਕੇ ਪੁੱਛ ਲੈਣਾ, ਇਹ 'ਚ ਕੀ ਡਰਨ ਵਾਲੀ ਗੱਲ ਹੈ, ਜਾ ਪੁੱਛ ਗਿਆ ਉਹ ਲੱਗ ਗਿਆ। ਪਰ ਮੈਂ ਜਾਣਾ, ਲੈ ਫੜੀ। ਕਿਵੇਂ ਸਿੰਮੀ? ਵਧੀਆ, ਤੂੰ ਦੱਸ? ਵਧੀਆ। ਉਹ ਯਾਰ ਜੱਸੀ ਗਰਾਊਂਡ ਨਹੀਂ ਆ ਰਹੀ ਦੋ ਦਿਨ ਤੋਂ। ਉਹ ਤਾਂ ਠੀਕ ਹੈ, ਜੱਸੀ ਨਾ ਗਰਾਊਂਡ, ਉਹ ਕਹਿੰਦੀ ਹੁਣ ਸ਼ਾਇਦ ਹੀ ਆਵਾਂ, ਨਾਲੇ ਉਹਨੇ ਇੱਕ ਮੈਸੇਜ ਦਿੱਤਾ ਤੇਰੇ ਲਈ ਮੈਨੂੰ, ਕਹਿੰਦੀ ਵੀ ਉਹ ਮੈਨੂੰ ਭੁੱਲ ਜੇ ਹੁਣ। ਭੁੱਲ ਜਾ? ਉਹ ਐਂ ਕਿਵੇਂ ਭੁੱਲ ਜਾ, ਮੈਂ ਸੱਚਾ ਪਿਆਰ ਕਰਦਾ ਉਹਨੂੰ। ਪਰ ਗੁਰੀ ਤੈਨੂੰ ਹਜੇ ਉਹਦੇ ਘਰਦਿਆਂ ਬਾਰੇ ਨਹੀਂ ਪਤਾ, ਤੂੰ ਉਹਦਾ ਨਾਮ ਲੈਣ ਤੋਂ ਵੀ ਡਰੇਂਗਾ ਜੇ ਤੈਨੂੰ ਉਹਦੇ ਘਰਦਿਆਂ ਬਾਰੇ ਪਤਾ ਲੱਗ ਗਿਆ। ਦੇਖ ਸਿੰਮੀ, ਤੂੰ ਬਸ ਇੱਕ ਵਾਰੀ ਮੈਨੂੰ ਜੱਸੀ ਨਾਲ ਮਿਲਾ ਦੇ, ਉਹਦੇ ਘਰਦਿਆਂ ਤੋਂ ਮੈਂ ਆਪੇ ਦੇਖ ਲੂੰਗਾ, ਪਲੀਜ਼ ਸਿੰਮੀ। ਚੱਲ ਉਹ ਤਾਂ ਠੀਕ ਹੈ, ਪਰ ਜਿਵੇਂ ਮੈਂ ਕਹੂੰ ਤੈਨੂੰ ਉਵੇਂ ਚੱਲਣਾ ਪਊਗਾ। ਚੱਲ ਠੀਕ ਹੈ, ਇਹ ਵੀ ਵਾਅਦਾ ਰਿਹਾ। ਪ੍ਰੋਮਿਸ? ਹਾਂ ਪ੍ਰੋਮਿਸ। ਚੱਲ ਮੈਂ ਹੁਣ ਚੱਲਦਾ, ਤੂੰ ਠੀਕ ਹੈ? ਠੀਕ। ਆਹੀ ਘਰ ਹੈ, ਚੱਲ ਨਾਲੇ ਮੇਰੀ ਗੱਲ ਸੁਣੋ, ਜਿਵੇਂ ਮੈਂ ਕਹੂੰ ਨਾ ਉਵੇਂ ਕਰਨਾ। ਠੀਕ। ਗੁਰੀ ਮੇਰੀ ਗੱਲ ਸੁਣ ਲਾ, ਬਹੁਤਾ ਬੋਲੀ ਨਾ, ਠੀਕ ਹੈ? ਨਾਲੇ ਜਿਵੇਂ ਮੈਂ ਕਹੂੰ ਉਵੇਂ ਕਰਨਾ, ਠੀਕ ਹੈ?
ਚੱਲ ਕੋਈ ਨਾ, ਤੂੰ ਕਿਉਂ ਡਰੀ ਜਾਂਦੀ ਹੈ? ਨਾਲੇ ਜੇ ਕਿਤੇ ਜੱਸੀ ਵਿਖਦੀ ਨਾ ਉਹਨੂੰ ਦੇਖੀ ਨਾ ਜਾਈ, ਠੀਕ ਹੈ? ਤੈਨੂੰ ਨਹੀਂ ਪਤਾ ਤੇ ਘਰਦਿਆਂ ਦਾ, ਨਾਲੇ ਆਪ ਮਰੇਗਾ ਨਾਲੇ ਮੈਨੂੰ ਮਰਵਾਏਗਾ। ਭੱਜੀ ਕਿਉਂ ਜਾਂਦੇ ਨੇ? ਤੂੰ ਟਿੰਡੀਆਂ ਲੈ ਗਈ, ਤੂੰ ਚੱਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਸਾਰੇ ਸੋਚ ਰਹੇ ਹੋਵੋਗੇ ਵੀ ਗੁਰੀ ਨਾਲ ਕੀ ਬਣੂਗਾ ਕੀ ਨਹੀਂ, ਇਹ ਵੇਖਣ ਲਈ ਤੁਸੀਂ ਤੁਹਾਨੂੰ ਦੂਜਾ ਭਾਗ ਜ਼ਰੂਰ ਵੇਖਣਾ ਪਊਗਾ। ਅਤੇ ਸਾਨੂੰ ਵੱਧ ਤੋਂ ਵੱਧ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਲੱਗ ਰਿਹਾ ਭਾਗ, ਫਿਰ ਤੁਹਾਡੇ ਲਈ ਅਸੀਂ ਅਗਲਾ ਭਾਗ ਲੈ ਕੇ ਆਵਾਂਗੇ। ਅਤੇ ਆਪਾਂ ਹੁਣ ਬੋਲਾਂਗੇ ਜੀ ਪਹਿਲੇ 15 ਕਮੈਂਟ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ 'ਤੇ ਕੀਤੇ ਸੀ। ਅਤੇ ਅਰਸ ਬਲੌਗ, ਹਰਜੀਤ ਮਾਨ, ਕੁਲਵਿੰਦਰ ਬਾਜਵਾ, ਗੁਰਮੁਖ ਸਿੰਘ, ਚਮਕੌਰ ਸਾਜਲੀ, ਅਤੇ ਸ਼ਰਨ ਗਰਿਆਲ, ਅਜਨਾਲੀ, ਸੁਰਿੰਦਰ, ਗੁਰਸਰਨ ਸਿੰਘ, ਸੋਨੀ, ਪ੍ਰੀਤ ਕੋਮਲ ਕੌਰ, ਸਿੱਧੂ ਕਲੈਕਸ਼ਨ, ਪੇਂਡੂ ਗੇਮਰਜ, ਹਰਮਨਪ੍ਰੀਤ ਕੌਰ, ਪੂਜਾ ਅਤੇ ਪੂਜਾ। ਹਾਂ, ਇਹ ਸੀ ਆਪਣੇ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਤੇ ਕੀਤੀ। ਫਿਰ ਤੁਸੀਂ ਵੀ ਕਰਿਆ ਕਰੋ, ਫਿਰ ਤੁਹਾਡਾ ਵੀ ਨਾਂ ਬੋਲਾਂਗੇ। ਅਤੇ ਆਪਣੀ ਆਈ ਡੀ ਹੈਗੀ ਜੀ ਇੰਸਟਾ 'ਤੇ ਗੰਡੂਆਂ ਜੀ ਟੀ ਵੀ। ਜੇ ਕਿਸੇ ਵੀਰ ਭਾਈ ਨੂੰ ਕੰਮ ਹੋਵੇ ਤਾਂ ਸਾਨੂੰ ਉੱਥੇ ਜਾ ਕੇ ਮੈਸੇਜ ਕਰ ਸਕਦਾ। ਅਤੇ ਫੋਲੋ ਜ਼ਰੂਰ ਕਰਿਓ ਕਿਉਂਕਿ ਅਸੀਂ ਵੀਡੀਓ ਦੀ ਅਪਡੇਟ ਪਾਉਂਦੇ ਰਹਿੰਦੇ ਹਾਂ ਵੀ ਕਦੋਂ ਆਉਣੀ ਹੈ, ਸ਼ੂਟ ਕਿਵੇਂ ਕਰਦੇ ਹਾਂ, ਉੱਥੇ ਅਸੀਂ ਹਰ ਚੀਜ਼ ਦੀ ਅਪਡੇਟ ਦਿੰਦੇ ਹਾਂ। ਅਤੇ ਬਾਕੀ ਰੱਬ ਰਾਖਾ, ਅਗਲੇ ਵੀਡੀਓ 'ਚ ਮਿਲਦੇ ਹਾਂ। ਅਤੇ ਬਣੇ ਰਹੋ ਸਾਡੇ ਨਾਲ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਜੀ।